ਗੁੱਡ ਮਾਰਨਿੰਗ ਪਿਆਰੇ ਬੱਚਿਓ, ਕਿੱਦਾਂ ਹੋ ਤੁਸੀਂ? ਉਮੀਦ ਕਰਦੀ ਹਾਂ ਤੁਸੀਂ ਸਾਰੇ ਅੱਛੇ ਹੋਗੇ ਔਰ ਖੂਬ ਅੱਛੀ ਤਰ੍ਹਾਂ ਪੜ੍ਹਾਈ ਵੀ ਕਰ ਰਹੇ ਹੋਗੇ। ਬੱਚਿਓ, ਤੁਹਾਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ ਪੰਜਾਬੀ ਦਾ, ਉਸਨੂੰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਉਹਦਾ ਪੜ੍ਹਨ ਦਾ ਅਭਿਆਸ ਵੀ ਕਰੋਗੇ ਔਰ ਲਿਖਣ ਦਾ ਵੀ ਕਰੋਗੇ। ਚਲੋ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਗਿਣਤੀ 11 ਤੋਂ 20 ਤੱਕ। ਪਹਿਲੇ ਆਪਾਂ ਗਿਣਤੀ 1 ਤੋਂ 10 ਤੱਕ ਕਰ ਚੁੱਕੇ ਹਾਂ, ਅੱਜ ਆਪਾਂ 11 ਤੋਂ 20 ਤੱਕ ਸਿੱਖਾਂਗੇ। ਪਹਿਲੇ ਤੁਸੀਂ ਨੰਬਰ ਲਿਖੋਗੇ 11, ਫਿਰ ਇੱਕ ਲਾਈਨ, ਹੁਣ ਆਪਾਂ ਲਿਖਾਂਗੇ ਸ਼ਬਦਾਂ ਵਿੱਚ। ਗੱਗੇ ਨੂੰ ਸਿਆਰੀ, ਐੜੇ ਨੂੰ ਕੰਨਾ, ਰਰੇ ਨੂੰ ਕੰਨਾ ਉੱਪਰ ਬਿੰਦੀ। ਇਹ ਜਿਹੜਾ ਪੈਰ 'ਚ ਤੁਹਾਨੂੰ ਨਜ਼ਰ ਆ ਰਿਹਾ ਹੈ ਛੋਟਾ ਜਿਹਾ, ਇਹਨੂੰ ਕਹਿੰਦੇ ਨੇ ਹਾਹਾ। ਰਰੇ ਦੇ ਪੈਰ ਵਿੱਚ ਹਾਹਾ, ਇਹ ਤੁਸੀਂ ਧਿਆਨ ਨਾਲ ਪਹਿਲੇ ਰਾਰਾ ਲਿਖੋਗੇ, ਉਹਦੇ ਪੈਰ ਵਿੱਚ ਹਾਹਾ ਲਿਖੋਗੇ। 11, ਯਾਨੀ ਕਿ ਇਹਦੇ 'ਚੋਂ ਹਾਂ ਦੀ ਆਵਾਜ਼ ਆਏਗੀ। ਅਗਲਾ ਹੈ 12, ਬੱਬੇ ਨੂੰ ਕੰਨਾ, ਰਾਰੇ ਨੂੰ ਕੰਨਾ ਉੱਪਰ ਬਿੰਦੀ, ਪੈਰ 'ਚ ਹਾਹਾ। 12, ਫਿਰ ਹੈ 13, ਤੱਤੇ ਨੂੰ ਇਹ ਦੇਖੋ ਲੈਂਗੜ, ਫਿਰ ਰਾਰੇ ਨੂੰ ਕੰਨਾ ਉੱਪਰ ਬਿੰਦੀ ਔਰ ਪੈਰ 'ਚ ਹਾਹਾ। 13, 14, ਚਚੇ ਨੂੰ ਇਹ ਹੁਣ ਕਨੌੜਾ ਹੈ, ਹੌੜਾ ਹੁੰਦਾ ਜਿਹਨੂੰ ਤੁਸੀਂ ਛੋਟੇ ਉਹਦੀ ਮਾਤਰਾ ਕਹਿੰਦੇ ਹੋ, ਕਨੌੜਾ ਜਿਹਨੂੰ ਆਪਾਂ ਵੱਡੇ ਉਹਦੀ ਮਾਤਰਾ ਕਹਿੰਦੇ ਹਾਂ। ਦੱਦੇ ਨੂੰ ਕੰਨਾ, ਦੱਦੇ ਦੇ ਪੈਰ ਵਿੱਚ ਹਾਹਾ ਔਰ ਉੱਪਰ ਬਿੰਦੀ। 14, 15, ਪੱਪਾ ਪੱਪੇ ਦੇ ਉੱਤੇ ਟਿੱਪੀ, ਬਿੰਦੀ ਔਰ ਟਿੱਪੀ ਵਿੱਚ ਬੱਚਿਓ ਫਰਕ ਹੁੰਦਾ ਹੈ। ਪੱਪਾ ਦੱਦਾ ਉੱਪਰ ਟਿੱਪੀ, ਰਾਰਾ ਕੰਨਾ ਉੱਪਰ ਬਿੰਦੀ ਔਰ ਪੈਰ 'ਚ ਹਾਹਾ। 15, 16, ਸੱਸੇ ਨੂੰ ਹੋੜਾ, ਇਹ ਛੋਟੇ ਉਹਦੀ ਮਾਤਰਾ ਜਿਹਨੂੰ ਕਿਹਾ ਜਾਂਦਾ ਹੈ। ਲੱਲੇ ਨੂੰ ਕੰਨਾ, ਲੱਲੇ ਦੇ ਪੈਰ ਵਿੱਚ ਹਾਹਾ ਔਰ ਉੱਪਰ ਬਿੰਦੀ। 16, ਅੱਗੇ ਹੈ 17, ਸੱਸਾ ਤੱਤੇ ਨੂੰ ਕੰਨਾ, ਰਾਰੇ ਨੂੰ ਕੰਨਾ ਉੱਪਰ ਬਿੰਦੀ, ਪੈਰ 'ਚ ਹਾਹਾ। 17, 18, ਐੜਾ ਠੱਠੇ ਨੂੰ ਕੰਨਾ, ਰਾਰੇ ਨੂੰ ਕੰਨਾ ਉੱਪਰ ਬਿੰਦੀ, ਰਾਰੇ ਦੇ ਪੈਰ 'ਚ ਹਾਹਾ। 18, 19, ਊੜਾ, ਊੜੇ ਨੂੰ ਥੱਲੇ ਕਿਹੜਾ ਦਿੱਤਾ ਗਿਆ ਹੈ ਜਿਹਨੂੰ ਆਪਾਂ ਛੋਟੇ ਉਹਦੀ ਮਾਤਰਾ ਵੀ ਕਹਿੰਦੇ ਹਾਂ, ਉੱਪਰ ਅਦਕ, ਨੰਨਾ ਨੰਨੇ ਨੂੰ ਬਿਹਾਰੀ ਔਰ ਬਿੰਦੀ। 19, ਫਿਰ ਹੈ 20, ਵੱਵਾ ਵਵੇ ਨੂੰ ਬਿਹਾਰੀ ਅਤੇ ਹਾਹਾ 20। ਬੱਚੋ, ਇਹ ਗਿਣਤੀ ਹੈ ਤੁਸੀਂ 1 ਤੋਂ 10 ਤੱਕ ਪਹਿਲੇ ਵੀ ਕਰ ਚੁੱਕੇ ਹੋ, ਕਾਪੀ ਵਿੱਚ ਤੁਸੀਂ ਬੱਚਿਓ 1 ਤੋਂ 20 ਤੱਕ ਦਾ ਅਭਿਆਸ ਕਰੋਗੇ। ਅੱਜ ਆਪਾਂ 11 ਤੋਂ ਵੀ ਲਿਖੀਏ, ਲੇਕਿਨ ਆਪਣੀ ਕਾਪੀ ਵਿੱਚ ਤੁਸੀਂ 1 ਤੋਂ 20 ਤੱਕ ਗਿਣਤੀ ਦਾ ਅਭਿਆਸ ਕਰੋਗੇ। ਹੁਣ ਆਪਾਂ ਕਰਾਂਗੇ ਦਿਨਾਂ ਦੇ ਨਾਂ। ਬੱਚਿਓ, ਸਭ ਤੋਂ ਪਹਿਲੇ ਕਿਹੜਾ ਨਾਂ ਆਉਂਦਾ ਹੈ? ਸੋਮਵਾਰ, ਫਿਰ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ। ਬੱਚਿਓ, ਇਹ ਆਪਾਂ ਪਹਿਲਾਂ ਵੀ ਕੀਤੇ ਹੋਏ ਹਨ ਅਤੇ ਇਸ ਲਈ ਇਸਦੀ ਆਪਾਂ ਅੱਜ ਦੁਹਰਾਈ ਕਰ ਰਹੇ ਹਾਂ। ਅਤੇ ਲਾਸਟ ਦੇ 2 ਕਿਹੜੇ ਹਨ? ਸ਼ਨੀਵਾਰ, ਐਤਵਾਰ। ਬੱਚਿਓ, ਸ਼ਨੀਵਾਰ ਨੂੰ ਸ਼ਸ਼ਾ, ਨੰਨੇ ਨੂੰ ਬਿਹਾਰੀ, ਵਾਵਾ ਕੰਨਾ ਰਾਰਾ। ਸ਼ਨੀਵਾਰ, ਐੜਾ, ਐੜੇ ਨੂੰ ਉੱਤੇ ਦੋ ਮਾਤਰਾ ਹਨ, ਤੱਤਾ ਵਾਵਾ ਕੰਨਾ ਰਾਰਾ। ਐਤਵਾਰ, ਬੱਚੇ ਤੁਸੀਂ ਕਾਪੀ ਵਿੱਚ 1 ਤੋਂ 20 ਤੱਕ ਗਿਣਤੀ ਔਰ ਦਿਨਾਂ ਦੇ ਨਾਂ ਲਿਖੋਗੇ ਔਰ ਇਹਨਾਂ ਨੂੰ ਯਾਦ ਕਰਨ ਦਾ ਅਭਿਆਸ ਵੀ ਕਰੋਗੇ। ਧੰਨਵਾਦ।